ਔਰ ਗੱਲ ਕਰਾਂਗੇ ਪੀਸਟ 2018 ਦੇ ਲਈ ਜਿਹੜਾ ਸੋਸ਼ਲ ਸਾਇੰਸ ਨਾਲ ਸੰਬੰਧ ਸਸਟੀ ਨਾਲ ਸੰਬੰਧ ਜਿਹੜਾ ਥਿਉਰੀ ਟਾਪ ਲੈਕਚਰ ਜਿਹੜਾ ਥਿਉਰੀ ਟਾਈਪਸ ਲੈਕਚਰ ਜਿਹੜਾ ਤੜੇ ਲਈ ਅੱਜ ਲੈਕਚਰ ਹੋਏਗਾ ਫੋਰਥ ਔਰ ਇਸਦੇ ਬਾਅਦ ਤਿੰਨ ਲੈਕਚਰ ਜਿਹੜੇ ਬਣ ਚੁੱਕੇ ਆ ਬਹੁਤ ਹੀ ਜਿਹੜਾ ਇੰਪੋਰਟੈਂਟ ਜਿਹੜੇ ਟਾਪਿਕ ਤੁਹਾਨੂੰ ਕਰਾਈ ਜਾ ਰਹੇ ਆ ਔਰ ਜੋ ਕਿ ਪੀਸਟ 2018 ਦੇ ਬਿਹੇਵ ਤੇ ਪੁੱਛੇ ਜਾਂਦੇ ਆ ਚਲੋ ਸੰਪਤੀ ਦਾ ਅਧਿਕਾਰ ਲਾਗੂ ਹੈ ਸੰਪਤੀ ਦਾ ਅਧਿਕਾਰ ਕੀ ਹੈਗਾ ਇੱਕ ਕਾਨੂੰਨੀ ਅਧਿਕਾਰ ਬਣ ਚੁੱਕਿਆ ਹੈਗਾ ਸੰਪਤੀ ਦਾ ਅਧਿਕਾਰ ਔਰ ਪਹਿਲਾ ਇਹ ਹਿਊਮਨ ਰਾਈਟਸ ਦੇ ਵਿੱਚ ਆ ਜਾਂਦਾ ਸੀ ਮਨੁੱਖੀ ਅਧਿਕਾਰਾਂ ਦੇ ਵਿੱਚ ਆ ਜਾਂਦਾ ਸੀ ਚਲੋ ਨੈਕਸਟ ਉਤਰੀ ਤ੍ਰੋਪਦੀ ਖੋਜ ਕਿਸ ਨੇ ਕੀਤੀ ਰਾਬਟ ਫਾਇਰੇ ਨੇ ਠੀਕ ਹੈ ਉਤਰੀ ਤ੍ਰੋਪਦੀ ਖੁਸ਼ ਕੀ ਜਿਹੜੀ ਖੋਜ ਕੀਤੀ ਹੈਗੀ ਉਹ ਰਾਬਟ ਫਾਇਰੇ ਨੇ ਕੀਤੀ ਹੈ ਨੈਕਸਟ ਦੇਖਦੇ ਹਾਂ ਪੰਜਾਬ ਦੀ ਰਾਜ ਮਾਤਾ ਦਾ ਕਿਤਾਬ ਕਿਸ ਨੂੰ ਦਿੱਤਾ ਗਿਆ ਹੈ ਪੰਜਾਬ ਦੀ ਰਾਜ ਮਾਤਾ ਦਾ ਕਿਤਾਬ ਕਿਸ ਨੂੰ ਦਾ ਮਾਤਾ ਵਿਦਿਆਵਤੀ ਨੂੰ ਮਾਤਾ ਵਿਦਿਆਵਤੀ ਨੂੰ ਹੀ ਪੰਜਾਬ ਦੀ ਰਾਜ ਮਾਤਾ ਦਾ ਕਿਤਾਬ ਦਿੱਤਾ ਗਿਆ ਹੈ ਨੈਕਸਟ ਰਾਜ ਦਾ ਨਾਮ ਬਦਲਣ ਅਤੇ ਸੀਮਾ ਬਦਲਣ ਦਾ ਅਧਿਕਾਰ ਹੈ ਰਾਜ ਦਾ ਕਿਸੇ ਵੀ ਰਾਜ ਦਾ ਸਟੇਟ ਦਾ ਕਿਸੇ ਦਾ ਨਾਮ ਬਦਲ ਅਤੇ ਸੀਮਾ ਬਦਲਣ ਦਾ ਅਧਿਕਾਰ ਕਿਸ ਕੋਲ ਹੈਗਾ ਤਾਂ ਰਾਈਟ ਅਨਸਰ ਹੋਗਾ ਸੰਸਦ ਕੋਲ ਪਾਰਲੀਮੈਂਟ ਦੇ ਕੋਲੇ ਇਹ ਅਧਿਕਾਰ ਹੈਗਾ ਕਿਸੇ ਵੀ ਰਾਜ ਦਾ ਨਾਮ ਬਦਲ ਸਕਦੀ ਹੈ ਔਰ ਸੀਮਾ ਬਦਲ ਸਕਦੀ ਹੈ ਨੈਕਸਟ ਕਾਂਗਰਸ ਦਾ ਵਿਪਾਜਨ ਕਿਹੜੇ ਸਮੇਲਨ ਵਿੱਚ ਹੋਇਆ ਸੀ ਕਾਂਗਰਸ ਦਾ ਵਿਪਾਜਨ ਕਿਰੇ ਸਮੇਲਨ ਵਿੱਚ ਹੋਇਆ ਸੀ ਸੂਰਤ ਸਮੇਲਨ ਦੇ ਵਿੱਚ ਹੋਇਆ ਸੀ ਠੀਕ ਹੈ ਰਾਈਟ ਆਨਸਰ ਹੋਏਗਾ ਸੂਤ ਸਿਮੇਲਨ ਨੈਕਸਟ ਭਾਰਤ ਦੇ ਇਤਿਹਾਸ ਦਾ ਸਭ ਤੋਂ ਪਹਿਲਾ ਨਗਰੀਕਰਨ ਕਾਲ ਕਿ ਸੀ ਭਾਰਤੀ ਇਤਿਹਾਸ ਜਿਕਰ ਹਿਸਟਰੀ ਪੜਦੇ ਆ ਸਭ ਤੋਂ ਪਹਿਲਾ ਜਿਹੜਾ ਸ਼ਹਿਰੀ ਜਿਹਨੂੰ ਨਗਰੀਕਰਨ ਬੋਲ ਸਕਦੇ ਆ ਉਹ ਕਿਹੜਾ ਕਾਲ ਹੈਗਾ ਸੀ ਤਾਂ ਉਹ ਸੀ ਹੜੱप्पा ਸਭਿਅਤਾ ਕਾਲ ਜਿਸ ਨੂੰ ਨਗਰੀ ਸਭਿਅਤ ਵੀ ਨਾਂ ਨਾਲ ਜਾਣਿਆ ਜਾਂਦਾ ਹੈ ਹੜੱप्पा ਸਭਿਅਤ ਕਾਲ ਨੂੰ ਨਗਰੀ ਸਭਿਅਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਔਰ ਇਸ ਨੂੰ ਸਿੰਧੂ ਘਾਟੀ ਦੀ ਸਭਿਅਤ ਵੀ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਦੇਖਦੇ ਹਾਂ ਸੰਸਾਰ ਦੀ ਸਭ ਤੋਂ ਜ਼ਿਆਦਾ ਆਵਾਜਾਈ ਕਿਹੜੇ ਮਹਾਸਾਗਰ ਵਿੱਚ ਹੈ? ਤਾਂ ਸੰਸਾਰ ਦੀ ਸਭ ਤੋਂ ਜ਼ਿਆਦਾ ਆਵਾਜਾਈ ਕਹਿ ਸਕਦੇ ਹਾਂ ਜਿੱਥੇ ਕਹਿ ਸਕਦੇ ਆ ਵਪਾਰ ਹੁੰਦਾ ਹੈ ਸਮੁੰਦਰੀ ਜਹਾਜ਼ ਚੱਲਦੇ ਨੇ ਜ਼ਿਆਦਾ ਤਾਂ ਉਹ ਕਿਹੜਾ ਮਹਾਸਾਗਰ ਰਹੇਗਾ? ਤੋ ਹੈਗਾ ਅੰਧ ਮਹਾਸਾਗਰ। ਔਰ ਇਸ ਨੂੰ ਅਟਲੈਂਟਿਕ ਮਹਾਸਾਗਰ ਵੀ ਬੋਲ ਦਿੰਦੇ ਆ। ਠੀਕ ਹੈ। ਨੈਕਸਟ ਦੇਖਦੇ ਹਾਂ। ਔਰ ਨੈਕਸਟ ਜਿਹੜਾ ਟੌਪਿਕ ਹੋਏਗਾ ਗੁਪਤ ਕਾਲ ਵਿੱਚ ਵਪਾਰੀਆਂ ਦੇ ਸੰਗ ਨੂੰ ਕੀ ਕਿਹਾ ਜਾਂਦਾ ਸੀ ਗੁਪਤ ਕਾਲ ਵਿੱਚ ਵਪਾਰੀਆਂ ਦੇ ਸੰਗ ਨੂੰ ਕੀ ਕਿਹਾ ਜਾਂਦਾ ਸੀ ਨਿਗਮ ਜਾਂ ਗਿਲਡ ਬੋਲਿਆ ਜਾਂਦਾ ਸੀ ਨਿਗਮ ਜਾਂ ਗਿਲਡ ਗੁਪਤ ਕਾਲ ਦੇ ਵਿੱਚ ਜਿਹੜਾ ਵਪਾਰੀਆਂ ਦੇ ਸੰਗ ਨੂੰ ਜਿਹੜਾ ਇਕੱਠ ਨੂੰ ਜਿਆ ਕਹਿ ਸਕਦੇ ਸੀ ਆਪਾਂ ਔਰ ਨੈਕਸਟ ਹੋਏਗਾ ਮਹਾਪਾਰਤਾ ਫਾਰਸੀ ਵਿੱਚ ਅਨੁਵਾਦ ਕਿਸ ਨੇ ਕਰਵਾਇਆ ਸੀ ਮਹਾਪਾਰਤਾ ਫਾਰਸੀ ਵਿੱਚ ਅਨੁਵਾਦ ਕਰਵਾਉਣ ਵਾਲਾ ਕੌਣ ਸੀ ਔਰੰਗਜ਼ੇਬ ਜਿਹੜਾ ਮਗਲ ਬਾਦਸ਼ਾਹ ਹੈਗਾ ਸੀ ਮਹਾਪਾਰਤਾ ਫਾਰਸੀ ਵਿੱਚ अरवाद कराने वाला औरंगजेब जे सिंघासन से कदों बैठा और सब तो पेल आया पंद्रह सौ छब्बीच बाबर और उस तीह तिक रहा और तीह तो बाद आया हिमाजू ठीक है हिमाजू रहा छपंजा तिक ठीक है पंद्रह सौ छपंजा तक और पंद्रह सौ छपंजा के आया इस अकबर ठीक है और सोलह सौ पं तिक लगभग रहा चलो नैक्सट देखें कि बंदरगा भारत प्रवेश द्वार किया जाता है ਕਿਹੜੀ ਬੰਦਰਗਾਹ ਹੈ ਜਿਹੜੀ ਭਾਰਤ ਦਾ ਪ੍ਰਵੇਸ਼ ਦੁਆਰ ਕਹਿੰਦੀ ਹੈ ਉਹ ਹੈਗੀ ਮੁੰਬਈ ਔਰ ਮੁੰਬਈ ਹੀ ਇੱਕਾ ਜਹਾ ਰਸਤਾ ਜਿਸ ਜਿਸ ਦੇ ਰਾਹੀਂ ਕਿ ਸਭ ਤੋਂ ਪਹਿਲਾਂ ਜਿਹੜੇ ਅੰਗਰੇਜ਼ ਜਿਹੜੇ ਭਾਰਤ ਦੇ ਵਿੱਚ ਆਏ ਸੀ ਇਸ ਰਸਤੇ ਰਾਹੀਂ ਚਲੋ ਨੈਕਸਟ ਦੇਤੇ ਔਰ ਨੈਕਸਟ ਕੁਐਸਚਨ ਹੈਗਾ ਭਾਰਤ ਵਿੱਚ ਪਹਿਲੀ ਜਨਗਣਨਾ ਕਦੋਂ ਹੋਈ ਭਾਰਤ ਵਿੱਚ ਪਹਿਲੀ ਜਨਗਣਨਾ ਕਦੋਂ ਹੋਈ ਸੀ ਤਾਂ ਹੋਈ ਹੋਈ ਸੀ 1832 ਵਿੱਚ ਪਹਿਲੀ ਜਨਗਣਨਾ ਹੋਈ ਸੀ ਔਰ ਜਿਹੜੀ ਜਨਗਣਨਾ ਹੈਗੀ ਹੈ ਤਾਂ ਉਹ ਹਰ 10 ਸਾਲਾਂ ਬਾਅਦ ਇਹ ਹੁੰਦੀ ਹੈਗੀ ਹੈ ਔਰ 2001 ਚ ਹੋ ਚੁੱਕੀ ਹੈ ਔਰ 2011 ਚ ਹੋ ਚੁੱਕੀ ਹੈ ਤੇ ਜਿਹੜੀ ਹੁਣ ਨੈਕਸਟ ਹੋਵੇਗੀ 2021 ਦੇ ਵਿੱਚ ਜਿਹੜੀ ਜਾਣਗਣਨਾ ਹੋਵੇਗੀ ਠੀਕ ਹੈ ਨੈਕਸਟ ਦੇਖਦੇ ਇੱਥੇ ਕੁਨੈਨ ਨਹੀਂ ਹੈਗਾ ਕੁਨੀਨ ਹੈਗਾ ਕੁਨੀਨ ਪ੍ਰਾਪਤ ਹੁੰਦੀ ਹੈ ਸਨਕੋਨਾ ਦੇ ਰੁੱਖ ਤੋਂ ਔਰ ਕੁਨੀਨ ਕੀ ਹੁੰਦੀ ਹੈ ਕਨੀਨ ਇੱਕ ਤਰ੍ਹਾਂ ਦੀ ਮੈਡੀਸਨ ਕਹਿ ਸਕਦੇ ਹਾਂ ਔਰ ਕੁਨੀਨ ਦੀਆਂ ਗੋਲੀਆਂ ਜਿਸ ਨੂੰ ਟੈਬਲੇਟ ਬੋਲ ਸਕਦੇ ਹਾਂ ਹੁੰਦੀਆਂ ਨੇ ਜੋ ਕਿ ਮਲੇਰੀਏ ਤੇ ਲਈ ਜ਼ਰੂਰੀ ਹੁੰਦੀਆਂ ਠੀਕ ਹੈ ਔਰ ਕੁਨੀਨ ਕਿੱਥੋਂ ਪ੍ਰਾਪਤ ਹੁੰਦੀ ਹੈ ਸਨਕੋਨਾ ਦੇ ਰੁੱਖ ਤੋਂ ਨੈਕਸਟ ਮੱਧਕਾਲ ਦਾ ਜੁੱਧ ਜੋ ਸਥਲ ਅਤੇ ਪਾਣੀ ਦੋਮਾ-ਥਾਮਾਂ ਤੇ ਲੜਿਆ ਗਿਆ ਸੀ ਇੱਕ ਅਜਿਹਾ ਜੁੱਧ ਜੋ ਤੁਸੀਂ ਮੱਧਕਾਲ ਵਿੱਚ ਜੋਗੇ ਪਾਣੀ ਵਿੱਚ ਵੀ ਲੜਿਆ ਗਿਆ ਔਰ ਧਰਤੀ ਤੇ ਵੀ ਲੜਿਆ ਗਿਆ ਤਾਂ ਉਹ ਜੁੱਧ ਕਿਹੜਾ ਸੀ ਉਸ ਨੂੰ ਬੋਲਾਂਗੇ ਕਾਗਰਾ ਦਾ ਜੁੱਧ ਮੱਧਕਾਲ ਦੇ ਵਿੱਚ ਇਹ ਜੁੱਧ ਹੋਇਆ ਸੀ ਕਾਗਰਾ ਦਾ ਜੋ ਕਿ ਪਾਣੀ ਵਿੱਚ ਵੀ ਲੜਿਆ ਗਿਆ ਔਰ ਸਥਲ ਦੇ ਵਿੱਚ ਸਥਲ ਤੇ ਵੀ ਲੜਿਆ ਗਿਆ ਨੈਕਸਟ ਕਿਹੜੇ ਮੁਗਲ ਬਾਦਸ਼ਾਹ ਨੇ ਆਪਣੇ ਸਹਿਨ ਵਰਨ ਬਾਹਰ ਨਿਆ ਲਈ ਜਿਹੜੀ ਜੰਜੀਰ ਲਗਵਾਈ ਸੀ ਔਰ ਨਿਆ ਵਾਸਤੇ ਨਿਆ ਦੀ ਜੰਜੀਰ ਲਗਾਈ ਸੀ ਸਿੱਧਾ ਕਹਿ ਸਕਦੇ ਆ ਆਪਾਂ ਕਿਹੜਾ ਮੁਗਲ ਬਾਦਸ਼ਾਹ ਸੀ ਉਸ ਹੀ ਜਹਾਂਗੀਰ ਔਰ ਜਹਾਂਗੀਰ ਦੁਆਰਾ ਜਿਹੜੀ ਨਿਆ ਦੀ ਜੰਜੀਰ ਲਗਵਾਈ ਗਈ ਸੀ ਔਰ ਨੈਕਸਟ ਗੁਪਤ ਕਾਲ ਵਿੱਚ ਕਿਹੜਾ ਵਿਸ਼ਵ ਵਿਦਿਆਲય ਨਹੀਂ ਸੀ ਗੁਪਤ ਕਾਲ ਵਿੱਚ ਕਿਹੜਾ ਵਿਸ਼ਵ ਵਿਦਿਆਲય ਨਹੀਂ ਸੀ ਵਿਕਰਮਸ਼ੀਲਾ ਪਿਸ਼ਵ ਵਿਦਿਆਲਿਆ ਗੁਪਤ ਕਾਲ ਵਿੱਚ ਨਹੀਂ ਆਉਂਦਾ ਚਲੋ ਨੈਕਸਟ ਲੋਹਾ ਕਿਸ ਤਰ੍ਹਾਂ ਦੀ ਚਟਾਨਾਂ ਵਿੱਚੋਂ ਮਿਲਦਾ ਹੈ ਲੋਹਾ ਕਿਸ ਤਰ੍ਹਾਂ ਦੀ ਛਟਾਨਾ ਵਿੱਚੋਂ ਮਿਲਦਾ ਹੈ ਅਗਨੀ ਛਟਾਨਾ ਦੇ ਵਿੱਚੋਂ ਜਿਹੜਾ ਲੋਹਾ ਮਿਲਦਾ ਹੈਗਾ ਔਰ ਲੋਹਾ ਕਿੱਥੋਂ ਮਿਲਦਾ ਹੈ ਅਗਨੀ ਛਟਾਨਾ ਦੇ ਵਿੱਚੋਂ ਲੋਹਾ ਮਿਲ ਜਾਂਦਾ ਹੈ ਨੈਕਸਟ ਕਿਹੜੇ ਮਹਾਸਾਗਰ ਵਿੱਚ ਦੀਪਾਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੈਗੀ ਹੈ ਕਿਹੜਾ ਮਹਾਸਾਗਰ ਹੈਗਾ ਜਿਸ ਵਿੱਚ ਸਭ ਤੋਂ ਜ਼ਿਆਦਾ ਦੀਪ ਪਾਈ ਜਾਂਦੇ ਹੈ ਉਹ ਮਹਾਸਾਗਰ ਹੈਗਾ ਪ੍ਰਸ਼ਾਂਤ ਮਹਾਸਾਗਰ ਔਰ ਪ੍ਰਸ਼ਾਂਤ ਮਹਾਸਾਗਰ ਹੀ ਜਿਹੜਾ ਸਭ ਤੋਂ ਵੱਡਾ ਮਹਾਸਾਗਰ ਵੀ ਮੰਨਿਆ ਜਾਂਦਾ ਹੈ ਚਲੋ ਨੈਕਸਟ ਦੇਖੀਏ ਔਰ ਨੈਕਸਟ ਲੈਬ ਕੀ ਹੈ ਲੈਬ ਕੀ ਹੈ ਟੁੰਡਰਾ ਪ੍ਰਦੇਸ਼ ਦੀ ਇੱਕ ਜਨਜਾਤੀ ਹੈ ਕੀ ਹੈ ਲੈਬ ਕੀ ਹੈ ਟੁੰਡਰਾ ਪ੍ਰਦੇਸ਼ ਦੀ ਇੱਕ ਜਨਜਾਤੀ ਔਰ ਹੂਬ ਅਹਬੂਬ ਕੀ ਹੈਗਾ ਨੈਕਸਟ ਆਇਗਾ ਹਬੂਬ ਕੀ ਹੈ ਹਬੂਬ ਜਿਹੜਾ ਹੈਗਾ ਸੂਡਾਨ ਦੇ ਵਿੱਚ ਵਗਣ ਵਾਲਾ ਇੱਕ ਤੂਫਾਨ ਹੁੰਦਾ ਹੈ ਹਬੂਬ ਕੀ ਹੈਗਾ ਸੂਡਾਨ ਦੀ ਪਾਸ਼ਾ ਦੇ ਵਿੱਚ ਤੂਫਾਨ ਨੂੰ ਜਿਹੜਾ ਹਬੂਬ ਕਿਹਾ ਗਿਆ ਹੈ ਠੀਕ ਹੈ ਜੀ ਅੱਜ ਦਾ ਲੈਕਚਰ ਇੱਥੇ ਖਤਮ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜੁਟ ਕਰ ਦਿਓ ਔਰ ਉਸ ਤੋਂ ਪਹਿਲਾਂ ਮੈਡਮ ਦੁਬਾਰਾ ਜਿਹੜੇ ਤਿੰਨ ਲੈਕਚਰ ਜਿਹੜੇ ਬਣਾ ਦਿੱਤੇ ਗਏ ਨੇ ਉਹ ਤੁਸੀਂ ਦੇਖ ਸਕਦੇ ਹੋ ਔਰ ਕਿਸੇ ਕਾਰਨ ਕਰਕੇ ਅੱਜ ਜਿਹੜਾ ਲੈਕਚਰ ਨਹੀਂ ਬਣ ਸਕਿਆ ਮੈਡਮ ਤੋਂ ਔਰ ਅੱਜ ਦੁਬਾਰਾ ਫਿਰ ਅਸੀਂ ਲੈਕਚਰ ਜਿਹੜਾ ਵਿੱਚ ਦੀ ਤੁਹਾਡੇ ਲਈ ਕੰਟੀਨਿਊ ਰੱਖਿਆ ਹੈਗਾ ਔਰ ਉਸ ਤੋਂ ਬਾਅਦ ਕੰਟੀਨਿਊ ਲਈ ਮੈਡਮ ਤੁਹਾਡੇ ਲਈ ਲੈਕਚਰ ਲੈ ਕੇ ਆਉਂਦੇ ਰਹਿਣਗੇ ਇਸ ਤਰ੍ਹਾਂ ਥਿਓਰੀ ਟਾਈਪ ਔਰ ਪੰਜ ਅੰਮ੍ਰਿਤ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਬਹੁਤ ਸਾਰੇ ਜਿਹੜੇ ਇੰਪੋਰਟੈਂਟ ਠੀਕ ਹੈ ਜੀ ਆਸਕੇ ਵੀਡੀਓ ਵਧੀਆ ਲੱਗੇ ਤਾਂ ਆਪਣੀ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਔਰ ਤੁਹਾਡੀ ਸੁਜੈਸ਼ਨ ਕੀ ਹੁੰਦੀ ਹੈ ਤਾਂ ਸੁਜੈਸ਼ਨ ਦੀ ਜ਼ਰੂਰਤ ਜਰੂਰ ਹੁੰਦੀ ਹੈ ਠੀਕ ਹੈ ਔਰ ਉਸ ਤਲਾਬ ਜੇਕਰ ਤੁਸੀਂ SSC ਦੇ ਨੋਟਸ ਲੈਣਾ ਚਾਹੁੰਦੇ ਹੋ ਸਾਡੇ ਚੈਨਲ ਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕ ਜਾਓਗੇ SSC ਦੇ ਜਿਹੜਾ 1000 ਕੁਐਸਚਨ ਦੇ ਨੋਟਸ ਜਿਹੜੇ ਤੁਹਾਨੂੰ 100 ਰੁਪਏ ਵਿੱਚ ਮਿਲ ਜਾਣਗੇ ਔਰ ਲਿੰਕ ਤੁਹਾਨੂੰ ਮਿਲ ਜਾਏਗਾ ਕਿਸ ਤਰ੍ਹਾਂ ਨੋਟਸ ਪ੍ਰੋਵਾਈਡ ਕਰਨੇ ਵੀਡੀਓ ਮਿਲ ਜਾਏਗਾ ਔਰ ਉਸ ਤਲਾਬ ਤੁਸੀਂ 150 ਰੁਪਏ ਦੇ ਵਿੱਚ ਜਿਹੜਾ ਸੌਰੀ 200 ਰੁਪਏ ਦੇ ਵਿੱਚ ਜਿਹੜਾ ਤੁਸੀਂ 1500 MCQ's ਕੁਐਸਚਨ ਜਿਹੜੇ ਸਾਈਕੋਲੋਜੀ ਦੇ ਵੀ ਲੈ ਸਕਦੇ ਹੋ ਉਹ ਵੀ ਤੁਹਾਨੂੰ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ ਥੈਂਕ ਯੂ so much ਟੇਕ ਕੇਅਰ ਬਾਏ ਆ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ